ਚਾਲੀ ਚਾਲੀ ਲੱਖ ਰੁਪਈਆ ਸਰਪੰਚੀ 'ਤੇ ਖਰਚ ਦਿੰਦੇ ਆ ਅਤੇ 40 ਲੱਖ ਸਰਪੰਚੀ 'ਤੇ ਖਰਚ ਕੇ ਕੱਢੋਗੇ ਕਿੱਥੋਂ? ਚਲੋ ਪਹਿਲਾਂ ਤਾਂ ਚੱਲ ਜਾਂਦਾ ਸੀ, ਹੁਣ ਕੀ ਕਰੋਗੇ ਫਿਰ? ਪਹਿਲਾਂ ਤਾਂ ਇਹਨਾਂ ਨੂੰ ਪਤਾ ਹੁੰਦਾ ਸੀ ਵੀ 40 ਲੱਖ ਲਾ ਕੇ ਉੱਧਰੋਂ ਇੱਧਰ ਲੈ ਲਾਂਗੇ, ਹੁਣ ਆਉਂਗੇ ਕਿੱਥੇ ਫਿਰ? ਮੇਰੇ ਕੋਲ ਹੀ ਆਉਂਗੇ ਨਾ 40 ਲੱਖ ਲਾ ਕੇ। ਇਸ ਕਰਕੇ ਐਤਕੀ ਪੈਸੇ ਖਰਚਣ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਦੀ ਗਲਤ ਫਹਿਮੀ ਕੱਢ ਦੇਣ। ਠਿਆਨੀ ਨਹੀਂ ਇੱਥੋਂ ਕੋਈ, ਅਸੀਂ ਕੋਈ ਰਿਸ਼ਵਤ ਦੀ ਜਾਂ ਕੋਈ ਪੰਚਾਇਤ ਦੇ ਪੈਸੇ ਦੀ ਖਾਣ ਦੇਵਾਂਗੇ। ਸਰਪੰਚ ਚੁਣੋ, ਵਧੀਆ ਬੰਦੇ ਚੁਣੋ, ਚਾਹੇ ਯੰਗ ਮੁੰਡਾ ਹੈ ਚਾਹੇ ਕੋਈ ਬਜ਼ੁਰਗ ਹੈ ਤਜਰਬੇਕਾਰ। ਇੱਦਾਂ ਹੀ ਬਲਾਕ ਸਮਤੀ 'ਚ, ਇੱਦਾਂ ਹੀ ਨਗਰ ਨਿਗਮਾਂ 'ਚ। ਇਹ ਗੱਲ ਮੈਂ ਫੇਰ ਕਲੀਅਰ ਕਰ ਦੇਣਾ ਚਾਹੁੰਦਾ, ਜਿਹੜੇ 40 ਲੱਖ ਲਾ ਕੇ 30 ਲੱਖ ਲਾ ਕੇ ਸਰਪੰਚ ਬਣ ਕੇ ਉਸੇ ਪੈਸੇ ਨੂੰ ਡਬਲ ਕਰਨ ਦੀ ਸੋਚਦੇ ਨੇ, ਉਹ ਗਲਤ ਫਹਿਮੀ 'ਚ ਨੇ। ਐਤਕੇ ਵਾਲੀਆਂ ਵੋਟਾਂ ਤਾਂ ਉਹਨਾਂ ਦੇ ਹੱਕ ਦੀਆਂ ਹੈ ਨਹੀਂ ਫਿਰ।